ਆ ਨਿਗਾ ਮਾਰੋ ਬਈ ਜੀ ਤੁਸੀਂ ਇਧਰਲੇ ਪਾਸੇ ਸਾਹਮਣੇ ਪਾਸੇ ਜਿਹੜੇ ਬੰਦੇ ਕੈਨੇਡਾ ਆ ਕੇ ਵੀ ਸਬਜ਼ੀ ਖੇਤੀ ਦਾ ਸ਼ੌਂਕ ਰੱਖਦੇ ਆ ਤੇ ਖੇਤੀ ਕਰਨਾ ਚਾਹੁੰਦੇ ਆ ਪਰ ਇੱਥੇ ਉਨੀ ਜ਼ਮੀਨ ਜਾਇਦਾਦ ਆਪਾਂ ਲੈ ਨਹੀਂ ਸਕਦੇ ਤੇ ਬਾਕੀ ਦੂਸਰੀ ਗੱਲ ਹੈ ਕਿ ਵੀ ਜਿਹਨੂੰ ਸਬਜ਼ੀ ਦਾ ਖਾਣ ਪੀਣ ਦਾ ਸ਼ੌਂਕ ਹੈ ਸਬਜ਼ੀਆਂ ਹਰੀਆਂ ਦਾ ਸ਼ੌਂਕ ਹੈ ਹਨਾ ਤੇ ਉਹ ਚਾਹੁੰਦੇ ਵੀ ਆਪਦੀ ਰਸੋਈ ਦੇ ਵਿੱਚ ਆਪਾਂ ਤਾਜ਼ੀਆਂ ਸਬਜ਼ੀਆਂ ਖਾਈਏ ਤੇ ਉਹ ਬੰਦਿਆਂ ਵਾਸਤੇ ਵੀਡੀਓ ਹੈਗੀ ਆ ਬਈ ਜੀ ਵੀ ਤੁਸੀਂ ਕੈਨੇਡਾ ਆ ਕੇ ਤੇ ਇਹ ਸ਼ੌਂਕ ਨੂੰ ਆਪਦਾ ਕਿਵੇਂ ਪੂਰਾ ਕਰ ਸਕਦੇ ਆਪਾਂ ਉਸ ਚੀਜ਼ ਦੇ ਬਾਰੇ ਅੱਜ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਜਾਂ ਤੁਸੀਂ ਮਾਰੋ ਸਾਹਮਣੇ ਨਿਗਾਹ ਤੇ ਇੱਥੇ ਤੁਸੀਂ ਨਾਲੇ ਤਾਂ 8 ਮਹੀਨੇ ਘੱਟੋ ਘੱਟ ਵੀ 8 ਮਹੀਨੇ 9 ਮਹੀਨੇ ਤੁਸੀਂ ਸਬਜ਼ੀ ਇੱਥੇ ਪੈਦਾ ਕਰਕੇ ਆਪਦੀ ਹੱਥੀ ਸਬਜ਼ੀ ਤੁਸੀਂ ਆਪਦੇ ਸ਼ੌਂਕ ਦੇ ਲਈ ਲਾ ਲਓ ਤੇ ਤੁਸੀਂ ਘਰ ਵਾਸਤੇ ਆਪਦੀ ਲੋੜ ਵਾਸਤੇ ਤੁਸੀਂ ਇੱਥੇ ਕਰ ਸਕਦੇ ਹੋ ਠੀਕ ਹੈ ਤੇ ਵੀਡੀਓ ਦੇਖਿਓ ਸਾਰੀ ਐਂਡ ਤੱਕ ਸਕਿਪ ਨਾ ਕਰਿਓ ਤੇ ਆਪਾਂ ਸਾਰੀ ਤੁਹਾਨੂੰ ਇਹਦੇ ਬਾਰੇ ਅੱਜ ਜਾਣਕਾਰੀ ਦਿੰਦੇ ਹਾਂ ਕਿ ਕਿਵੇਂ ਤੁਸੀਂ ਕੈਨੇਡਾ ਆ ਕੇ ਤੁਸੀਂ ਆਪਦਾ ਸਬਜ਼ੀ ਦਾ ਤੇ ਖੇਤੀ ਦਾ ਤੁਸੀਂ ਸ਼ੌਂਕ ਤੇ ਆਪਦੇ ਅੰਦਰਲੇ ਜਿਹੜੇ ਕੀੜੇ ਆ ਉਹ ਕਿਵੇਂ ਮਾਰ ਸਕਦੇ ਹੋ ਤੁਸੀਂ ਠੀਕ ਹੈ ਨਾ ਇਹ ਵੀਡੀਓ ਕੀੜੇ ਮਾਰਨ ਵਾਲੀ ਵਾਸਤੇ ਆ ਵੀ ਤੁਸੀਂ ਖੇਤੀ ਦੇ ਜਿਹਨੂੰ ਕੀੜਿਆ ਜਾਂ ਖੇਤੀ ਕਰਨ ਦਾ ਸ਼ੌਂਕ ਹੈ ਉਹ ਬੰਦਿਆਂ ਵਾਸਤੇ ਆ ਆ ਜਾਓ ਫਿਰ ਆਪਾਂ ਦੰਨਿਆ ਤੁਹਾਨੂੰ ਸਾਰੀ ਜਾਣਕਾਰੀ ਇਹਦੇ ਬਾਰੇ ਵੀ ਕਿਵੇਂ ਲੀਜ਼ ਤੇ ਮਿਲਦੀ ਹੈ ਤੇ ਕਿਵੇਂ ਕਰਨਾ ਤੇ ਕੀ ਕੁਛ ਹੁੰਦਾ ਇਹਦੇ ਵਿੱਚ ਠੀਕ ਹੈ ਜੀ ਜੀ ਸਤਿ ਸ਼੍ਰੀ ਅਕਾਲ ਜੀ ਆ ਜਾਓ ਅੱਜ ਮਿਲਾਉਣੇ ਆਪਾਂ ਤੁਹਾਨੂੰ ਇੱਕ ਨਵੀਂ ਗੱਲਬਾਤ ਦੇ ਨਾਲ ਵੀ ਜਿਹੜੇ ਬੰਦਿਆਂ ਨੂੰ ਖੇਤੀ ਦਾ ਸ਼ੌਂਕ ਹੈ ਤੇ ਉਹਨਾਂ ਨੇ ਖੇਤੀ ਕਰਨੀ ਹੈ ਤੇ ਜਾਂ ਸਬਜ਼ੀ ਦਾ ਸ਼ੌਂਕ ਹੈ ਜਾਂ ਸਬਜ਼ੀ ਘਰ ਵਾਸਤੇ ਰਸੋਈ ਵਾਸਤੇ ਜਿਹੜੀ ਸਬਜ਼ੀ ਉਹ ਕਿਵੇਂ ਗੱਲਬਾਤ ਹੈ ਕਿਵੇਂ ਲਾਉਣੀ ਹੈ ਕਿਵੇਂ ਲੀਜ਼ ਤੇ ਮਿਲਦੀ ਹੈ ਕੀ ਗੱਲਬਾਤ ਹੈ ਸਾਰੀ ਤੁਹਾਨੂੰ ਦੰਨਿਆ ਜਾਣਕਾਰੀ ਆ ਜਾਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਬਾਈ ਤੇ ਆ ਜਾਓ ਫਿਰ ਦੰਨਿਆ ਜਾਣਕਾਰੀ ਤੁਹਾਨੂੰ ਮਾਰੋ ਬਾਈ ਤੁਸੀਂ ਇੱਧਰ ਆ ਹੈਗੀ ਆ ਆ ਆ ਗਿਆ ਇਹਨਾਂ ਦਾ ਆਫਿਸ ਠੀਕ ਹੈ ਜੀ ਇਹ ਤੁਸੀਂ ਜਿਹੜੀ ਆ ਜਗ੍ਹਾ ਸਾਰੀ ਹੈ ਨਾ ਇਹ ਤੁਸੀਂ ਆ ਮੂਰੇ ਦੇਖ ਦਿਓ ਮੇਰੇ ਇਹ ਸਾਰੀ ਤੁਸੀਂ ਲੀਜ਼ ਦੇ ਇੱਥੇ ਇੱਥੇ ਜਿੰਨਾ ਥਾਂ ਹੈ ਤੁਸੀਂ ਆਪਦਾ ਲੀਜ਼ ਤੇ ਲੈ ਸਕਦੇ ਤੁਹਾਨੂੰ ਆਪਾਂ ਦੱਸ ਦਿਆਂ ਵੀ ਕਿੰਨਾ ਥਾਂ ਤੇ ਕਿਵੇਂ ਮਿਲਦਾ ਤੇ ਤੁਸੀਂ ਇਹ ਸ਼ਹਿਰ ਦੇ ਵਿੱਚ ਸਮਝ ਲਓ ਵੱਖਰੋ ਵੱਖਰੇ ਏਰੀਆ ਦੇ ਵਿੱਚ ਸਾਈਡਾਂ ਦੇ ਉੱਤੇ ਵੀ ਸ਼ਹਿਰ ਦੇ ਵਿੱਚ ਤੁਸੀਂ ਲਾ ਲਓ ਵੀ 7-8 ਥਾਵਾਂ ਤੇ ਤਾਂ 10 ਥਾਵਾਂ ਤੇ ਹੈਗੀ ਆ ਵਿੱਚ ਵਿਚਾਲੇ ਸਾਰੇ ਕਿਤੇ ਹੈਗਾ ਇਹ ਠੀਕ ਹੈ ਨਾ ਤੇ ਤੁਸੀਂ ਉੱਥੇ ਆਪਦਾ ਇਹ ਸਬਜ਼ੀ ਲਾ ਕੇ ਤੇ ਤੁਸੀਂ ਲੈ ਸਕਦੇ ਹੋ ਸਿਰਫ ਤੁਸੀਂ ਉੱਥੇ ਵਿੱਚ ਹੀ ਉਹਦੇ ਇੱਥੇ ਤੁਸੀਂ ਆਫਿਸ ਬਣਾਇਆ ਹੋਇਆ ਸਾਰਾ ਇਹਨਾਂ ਦਾ ਠੀਕ ਹੈ ਨਾ ਇੱਥੇ ਆਫਿਸ ਆਓ ਤੇ ਆਫਿਸ ਆ ਕੇ ਤੁਸੀਂ ਇੱਥੇ ਜਗ੍ਹਾ ਆਪਦੀ ਜਿੰਨੀ ਵੀ ਲੈਣੀ ਹੈ ਜੋ ਵੀ ਜਗ੍ਹਾ ਲੈਣੀ ਹੈ ਉਹਦਾ ਹੈਗਾ ਤੁਹਾਨੂੰ ਇੱਥੇ ਪੈਸੇ ਭਰੋ ਤੇ ਸੀਜ਼ਨ ਦਾ 6 ਮਹੀਨੇ ਦਾ ਸਮਝ ਲਓ 6 ਮਹੀਨੇ ਤੱਕ ਦਾ ਤੁਹਾਨੂੰ ਲੀਜ਼ ਤੇ ਜਗ੍ਹਾ ਮਿਲ ਜਾਂਦੀ ਹੈ ਠੀਕ ਹੈ ਨਾ ਬਾਈ ਤੇ ਜਿਹੜੀ ਇਹਦੀ ਗੱਲ ਹੈਗੀ ਆ ਲੀਜ਼ ਵਾਲੀ ਗੱਲ ਵੀ ਉਹ ਲੀਜ਼ ਤੇ ਕਿੰਨੀ ਮਿਲਦੀ ਹੈ ਜਾਂ ਕੀ ਪੈਸੇ ਲੈਂਦੇ ਆ ਹਨਾ ਵੀ ਜਿਹੜਾ ਤੁਸੀਂ ਆਹ ਇੱਕ ਲੋਟ ਦੇਖਦੇ ਹੋ ਇਹ ਇੱਕ ਲੋਟ ਬਾਈ $30 ਦਾ ਸਮਝ ਲਓ ਇਹ ਮਿਲਦਾ ਆਪਾਂ ਨੂੰ $30 ਸੀਜ਼ਨ ਦੇ ਠੀਕ ਹੈ ਜੀ ਤੇ $30 ਦੇ ਵਿੱਚ ਵੈਸੇ ਮੇਰੇ ਹਿਸਾਬ ਦੇ ਨਾਲ ਵੈਸੇ ਬਾਈ ਕੋਈ ਮਾੜਾ ਨਹੀਂ ਤੁਸੀਂ ਆਹ ਦੇਖ ਲਓ ਸ਼ਿਮਲਾ ਮਿਰਚ ਲਾਈ ਹੋਈ ਆ ਗੰਢੇ ਲਾਏ ਹੋਏ ਆ ਤੇ ਸਾਰਿਆਂ ਬੰਦੇ ਜਿਹੜੇ ਸ਼ੌਂਕ ਰੱਖਦੇ ਆ ਜਿਹੜੇ ਬੰਦੇ ਸਬਜ਼ੀਆਂ ਦਾ ਖੇਤੀ ਦਾ ਤੇ ਸੋਈ ਇਧਰਲੇ ਪਾਸੇ ਤੁਸੀਂ ਆਹ ਨਿਗਾਹ ਮਾਰੋ ਵੀ ਇਹ ਇੱਕ ਥਾਂ ਜਿਹੜਾ ਇੰਨਾ ਕੁ ਥਾਂ ਆ ਜਿਹੜਾ ਤੁਸੀਂ ਦੇਖਦੇ ਹੋ ਨਾ ਜਿਹੜਾ ਹੁਣ ਕੈਮਰੇ ਦੇ ਵਿੱਚ ਆ ਲੰਬੀਆਂ ਲਾਈਨਾਂ ਕਿਆਰੀਆਂ ਇਹ ਇੰਨਾ ਕੁ ਇੰਨੇ ਕੁ ਥਾਂ ਦੇ $30 ਲੱਗਦੇ ਆ ਬਾਈ ਤੇ ਮੇਰੇ ਹਿਸਾਬ ਦੇ $30 ਕੋਈ ਬਾਹਲੇ ਨਹੀਂ ਬਾਈ ਤੇ ਉਦੋਂ ਵੱਧ ਦੀ ਸਬਜ਼ੀ ਜਿਹੜੇ ਬੰਦੇ ਇੱਥੇ ਹੁਣ ਕੈਨੇਡਾ ਦੇ ਵਿੱਚ ਰਹਿੰਦੇ ਆਪਾਂ ਦੇਖਦੇ ਆ ਕਿ ਇੱਥੇ ਜ਼ਿਆਦਾਤਰ ਆਪਾਂ ਜੇ ਹੁਣ ਕੁਛ ਤਾਂ ਇੰਡੀਆ ਦੇ ਵਿੱਚ ਆਪਾਂ ਸਬਜ਼ੀ ਆਪਣੇ ਵੈਸੀ ਸਸਤੀਆਂ ਬਾਈ ਸਬਜ਼ੀਆਂ ਠੀਕ ਹੈ ਨਾ ਉੱਥੋਂ ਦੇ ਕੰਪੈਰੀਜ਼ਨ ਕਰਨ ਲੱਗ ਜਾਂਦੇ ਜਦੋਂ ਫਿਰ ਉਹ ਚੀਜ਼ਾਂ ਇੱਥੇ ਆਪਾਂ ਨੂੰ ਮਹਿੰਗੀ ਲੱਗਦੀ ਆ ਸਬਜ਼ੀ ਠੀਕ ਹੈ ਨਾ ਜਿਵੇਂ ਗੋਭੀ ਮਹਿੰਗੀ ਪੈਂਦੀ ਆਪਾਂ ਨੂੰ ਹੋਰ ਗੱਲਾਂ ਬਾਤਾਂ ਦੇ ਹਿਸਾਬ ਨਾਲ ਸ਼ਿਮਲਾ ਮਿਰਚ ਵੀ ਆਪਾਂ ਦੇਖਦੇ ਆ ਵੀ ਇਸ ਤਰ੍ਹਾਂ ਬਈ ਤੁਸੀਂ ਆਹ ਸਬਜ਼ੀ ਜਿਹੜੀ ਹੈਗੀ ਆ ਲੈ ਕੇ ਇੱਥੇ ਸ਼ੌਂਕਾਂ ਦਾ ਪੂਰਾ ਕਰ ਸਕਦੇ ਹੋ ਤੇ ਨਾਲੇ ਸਬਜ਼ੀ ਘਰ ਵਾਸਤੇ ਤੁਸੀਂ 7-8 ਮਹੀਨਿਆਂ ਦੀ ਸਬਜ਼ੀ ਹੋ ਜਾਂਦੀ ਹੈ ਆਰਾਮਦਾਇਕ ਨਾਲ ਠੀਕ ਹੈ ਨਾ ਆਹ ਤੁਸੀਂ ਨਿਗਾਹ ਮਾਰ ਲਓ ਹੁਣ ਤੇ ਆਹ ਜਿਹੜਾ ਥਾਂ ਹੈ $30 ਦਾ ਮਿਲ ਜਾਂਦਾ ਤੇ ਇਸ ਤਰ੍ਹਾਂ ਤੁਸੀਂ ਆਪਦੇ ਟੱਬ ਧਰ ਦਿਓ ਬਈ ਇੱਥੇ ਢੋਲ ਧਰ ਦਿਓ ਕੁਛ ਵੀ ਧਰ ਦਿਓ ਜਿਵੇਂ ਤੁਹਾਨੂੰ ਦਿਖਾਉਣਾ ਗਾਹਾਂ ਚੱਲ ਕੇ ਤੇ ਸੰਦ ਸੰਗੇੜ ਇੱਥੇ ਸਾਰੇ ਮਿਲ ਜਾਂਦੇ A to Z ਠੀਕ ਹੈ ਨਾ ਸੰਦ ਆਪਦੇ ਵੈਸੇ ਬਣਾਏ ਹੋਏ ਹੁੰਦੇ ਆ ਤੇ ਆਹ ਦੇਖੋ ਜਿਵੇਂ ਇਹਨਾਂ ਨੇ ਵਿੱਚ ਪਾਏ ਹੋਏ ਆਪਦੇ ਫੁਲਕ ਕਿੰਨੂਆਂ ਦੇ ਹੋਰ ਲੱਲੇ ਭੱਬੇ ਆਹ ਬੰਦੇ ਦਾ ਕੋਈ ਪੱਕਾ ਥਾਂ ਹੋ ਇਹਨਾਂ ਦਾ ਆਪਦਾ ਲੈ ਕੇ ਰੱਖਿਆ ਹੋਇਆ ਨਾ ਇਸ ਤਰ੍ਹਾਂ ਆਰਗੈਨਿਕ ਸਬਜ਼ੀ ਕਰਦੇ ਆ ਕਹਿੰਦੇ ਇੱਥੇ ਤੇ ਤੁਸੀਂ ਆ ਪਾਣੀ ਵਾਲੇ ਟੱਬ ਢੋਲ ਧਰ ਦਿਓ ਬਈ ਇਹ ਸਵੇਰ ਨੂੰ ਭਰ ਦਿੰਦੇ ਆ ਪਾਣੀ ਪੂਣੀ ਸਭ ਕੁਝ ਫ੍ਰੀ ਹੁੰਦਾ ਇਹਨਾਂ ਦਾ ਤੇ ਆਹ ਜਿਹੜੇ ਗੁੱਡਗੜਾਈ ਵਾਲੇ ਹੁੰਦੇ ਆ ਵੀਲਰ 'ਚ ਠੀਕ ਹੈ ਨਾ ਆਹ ਤੁਸੀਂ ਦੇਖੋਗੇ ਤੇ ਆਹ ਇਹ ਤੁਸੀਂ ਆਪਦੇ ਹੁੰਦੇ ਆ ਤੇ ਬਹੁਤਾ ਮਹਿੰਗੇ ਵੀ ਹੈ ਨਹੀਂ ਤੁਸੀਂ ਆਪਦੇ ਲੈ ਸਕਦੇ ਠੀਕ ਹੈ ਨਾ ਆਹ ਤੁਸੀਂ ਦੇਖੋ ਵੀ ਐਂ ਸ਼ੌਂਕ ਪੂਰਾ ਕਰ ਲੈਂਦੇ ਆ ਨਾਲੇ ਤਾਂ ਆ ਕੇ ਬਈ ਟਾਈਮ ਪਾਸ ਹੋ ਜਾਂਦਾ ਜਦੋਂ ਮਰਜ਼ੀ ਆ ਜਾਓ 2 ਘੰਟੇ ਤੁਸੀਂ ਆ ਤੇ 2 ਘੰਟੇ ਤੁਸੀਂ ਆ ਕੇ ਵੀ ਜਦੋਂ ਮਰਜ਼ੀ ਤੁਸੀਂ ਆਪਦਾ ਗੁੱਡ ਗਡਾਈ ਕਰ ਲਓ ਆਪਦੀ ਹੈ ਨਾ ਤੇ ਕੱਖ ਪੱਠਾ ਇੱਥੇ ਵਾਧੂ ਹੋ ਜਾਂਦਾ ਆਹ ਮਟਰ ਲਾਏ ਪਿਆ ਬਾਈ ਮੇਰੇ ਹਿਸਾਬ ਦੇ ਵਿੱਚ ਠੀਕ ਹੈ ਨਾ ਬਾਕੀ ਤੁਸੀਂ ਵੀ ਦੱਸਿਓ ਕੀ ਲੱਗੇ ਹੋਏ ਕਮੈਂਟ ਕਰਕੇ ਤੁਹਾਨੂੰ ਕੀ ਲੱਗਦਾ ਤੇ ਆਹ ਵਿੱਚ ਖੜਾ ਅੱਕ ਜਿਹਾ ਲੱਗਦਾ ਇਹ ਕੁਛ ਹੋਰ ਪਰ ਲੱਗਦਾ ਅੱਕ ਆ ਬਾਈ ਠੀਕ ਹੈ ਨਾ ਵੀ ਇਸ ਤਰ੍ਹਾਂ ਤੁਸੀਂ ਜਿਹੜੀ ਹੈਗੀ ਆ ਗੁੱਡ ਕਢਾਈ ਤੇ ਆਪਦੀ ਬੰਦਾ ਸ਼ੌਂਕ ਨਾਲ ਕੇ ਕਰ ਲੈਂਦਾ ਸਾਰੀ ਠੀਕ ਹੈ ਨਾ ਬਾਈ ਤੇ ਜਿਹੜਾ ਤੁਸੀਂ ਆਹ ਜਿਹੜੇ ਟਮਾਟਰਾਂ ਦੇ ਬੂਟੇ ਦੇਖਦੇ ਹੋ ਨਾ ਆਹ ਇਹ ਟਮਾਟਰ ਦੇ ਇੱਕ ਪੌਦੇ ਦੇ ਉੱਤੋਂ ਘੱਟੋ ਘੱਟ 50 ਤੋਂ 60 ਕਿਲੋ ਇੱਕ ਪਲਾਂਟ ਦੇ ਉੱਤੋਂ 60 kg ਦੇ ਲਗਭਗ ਜਿਹੜੇ ਹੈਗੇ ਆ ਟਮਾਟਰ ਜਿਹੜੇ ਹੈਗੇ ਆ ਲੈ ਜਾਂਦੇ ਬਾਈ ਤੇ ਉਹ ਹਿਸਾਬ ਨਾਲ ਕਹਿੰਦਾ ਵੀ ਤੁਸੀਂ ਆਹ 1 2 3 4 5 6 7 8 9 10 ਬੂਟੇ ਆ ਤੇ ਤੁਸੀਂ ਲਓ ਕੁਇੰਟਲ
ਠੀਕ ਹੈ ਨਾ, ਆਹ ਜਿਹੜਾ ਇਸ ਤਰ੍ਹਾਂ ਤੁਸੀਂ ਆਹ ਦੇਖ ਲਓ ਵੀ ਜਿਹੜਾ ਇਸ ਤਰ੍ਹਾਂ ਲੋਟ ਨੰਬਰ ਤੁਹਾਨੂੰ ਮਿਲ ਜਾਂਦਾ, ਆਹ 25 ਨੰਬਰ ਕਿੱਲਾ, ਉਹ 26 ਨੰਬਰ ਕਿੱਲਾ, ਠੀਕ ਹੈ ਨਾ, ਆਹ ਏਡਾ ਕੁ ਕਿੱਲਾ ਜਿਹੜਾ ਹੈਗਾ ਤੁਸੀਂ ਆਹ ਨਿਗਾਹ ਮਾਰ ਦਿਓ, ਉਹ ਵੱਟ ਤੋਂ ਲੈ ਕੇ ਤੇ ਆਹ ਇੱਧਰ ਤੇ ਜਿੱਥੇ ਆਹ ਬੀਬੀ ਕੰਮ ਕਰੀ ਜਾਂਦੀ ਹੈ, ਇਹਦੇ ਆਹ ਵੱਟ ਆ ਗਈ ਇਹਨਾਂ ਦੀ ਵੱਟ ਲਾਈਨ, ਹੱਦਬੰਦੀ ਆ ਗਈ, ਸਮਝ ਲਓ, ਤੇ ਇੱਥੇ ਤੱਕ ਇਹ $30 ਦਾ ਇੰਨਾ ਥਾਂ $30 ਦੇ ਵਿੱਚ ਮਿਲ ਜਾਂਦਾ ਬਾਈ, ਠੀਕ ਹੈ ਜੀ, ਇਹ ਗੱਲਬਾਤ ਹੈ ਜੀ। ਆਹ ਦੇਖੋ ਆਹ ਨਿਗਾਹ ਮਾਰੋ, ਜਿਵੇਂ ਕਿਸੇ ਨੇ ਕੱਦੂਆਂ ਦੇ ਬੀਜ ਲਾਏ ਪਏ ਆ ਬਾਈ, ਠੀਕ ਹੈ ਨਾ, ਬਾਕੀ ਸਬਜ਼ੀ ਬੀਜ ਸਾਰਾ ਕੁਝ ਮਿਲ ਜਾਂਦਾ ਬਾਈ, ਇੱਥੇ ਕੋਈ ਬਹੁਤਾ ਮੱਥਾ ਮਾਰਨ ਦੀ ਲੋੜ ਨਹੀਂ, ਹਰੇ ਕਰੇ ਕਰਾਈਆਂ ਬੱਲਾਂ ਬੁੱਲਾਂ ਸਭ ਮਿਲ ਜਾਂਦੀਆਂ। ਤੇ ਆਹ ਤੁਸੀਂ ਦੇਖੋ ਵੀ ਆਹ ਢੋਲ ਜਿਹੜੇ ਐਂ ਲੈ ਕੇ ਧਰ ਦਵਾ ਦੇ ਤੁਸੀਂ, ਠੀਕ ਹੈ ਨਾ, ਇਹ ਪਾਣੀ ਦੇ ਭਰ ਕੇ ਰੱਖ ਦਿੰਦੇ ਜਦੋਂ ਵੀ ਤੁਸੀਂ ਆਓ ਆਪਦਾ ਖੇਤ, ਤੇ ਇੱਥੇ ਖੇਤ ਕੇ ਖੇਤ ਹੀ ਆ ਬਾਈ, ਮਤਲਬ ਕਿ ਖੇਤ ਵਾਲੀ ਫੀਲਿੰਗ ਤੁਸੀਂ ਲੈ ਸਕਦੇ ਹੋ ਇੱਥੇ, ਜਿਹੜੇ ਬੰਦੇ ਪੰਜਾਬ ਦੇ ਵਾਲੀ ਖੇਤ ਉੱਥੇ ਮਿਸ ਕਰਦੇ ਆ ਹਨਾ, ਤੂੰ ਇੱਥੇ ਆ ਕੇ ਆਪਦਾ ਸ਼ੌਂਕ ਪੂਰਾ ਕਰ ਸਕਦੇ ਤੇ ਬਸ ਵੀ ਆਪਦੇ ਅੰਦਰਲੇ ਜਜ਼ਬਾਤ ਤੇ ਆਪਦੇ ਕੀੜੇ ਮਾਰਨ ਦਾ ਜਿਹੜਾ ਸੌਖਾ ਤੇ ਈਜ਼ੀ ਵੇ ਇਹੀ ਆ ਬਾਈ, ਮੇਰੇ ਸਾਹਮਣੇ ਈਜ਼ੀ ਵੇ ਤਾਂ ਇਦੂ ਕੋਈ ਹੋਰ ਈਜ਼ੀ ਵੇ ਹੈ ਨਹੀਂ, ਵੀ ਹੋਰ ਕਿਤੇ ਬਾਹਲੇ ਪੈਸੇ ਪੱਟਣ ਨਾਲੋਂ ਇਹ ਸੌਖਾ ਤੇ ਵਧੀਆ ਤਰੀਕਾ। ਤੇ ਆ ਜਿਵੇਂ ਗੰਢਿਆਂ ਗੁੰਢੇ ਲਾਏ ਹੋਇਆ ਬਾਈ ਭੂਕਾਂ ਵਾਲੀ ਚਟਣੀ ਨੂੰ ਵਾਸਤੇ, ਠੀਕ ਹੈ ਨਾ, ਵੀ ਇਹੋ ਜਿਹੀ ਗੱਲਬਾਤ ਆ ਵੀ ਵਧੀਆ ਸਬਜ਼ੀ ਪੂਰੀ ਵਧੀਆ, ਜਿਵੇਂ ਕਹਿ ਦਿਓ ਵੀ ਪੂਰਾ ਮਰਦੀ ਨਹੀਂ ਬਾਈ, 8-9 ਮਹੀਨੇ ਮੈਂ ਦੇਖਿਆ ਇਹ ਹਿਸਾਬ ਕਿਤਾਬ, 8-9 ਮਹੀਨੇ ਦਾ ਤੁਹਾਨੂੰ ਕਿਤੇ ਲੋੜ ਹੀ ਨਹੀਂ ਕਿਸੇ ਪਾਸੇ ਪੈਸੇ ਲਾਉਣ ਦੀ, ਠੀਕ ਹੈ ਨਾ, ਤੇ ਸੀਜ਼ਨ ਦਾ ਤੁਹਾਨੂੰ ਦੱਸਿਆ ਕੋਈ ਪੈਸੇ $30-35 ਕੋਈ ਬਾਹਲੇ ਵੀ ਹੈ ਨਹੀਂ, ਜਿਵੇਂ ਆਹ ਦੇਖੋ ਪਰਲੇ ਪਾਸੇ ਉਧਰਲੇ ਪਾਸੇ 24 ਨੰਬਰ ਲਾਟ ਆ ਗਈ ਤੇ ਆਹ 23 ਨੰਬਰ ਆ ਗਈ, ਠੀਕ ਹੈ ਨਾ, ਤੇ ਅਡੋਡੀ ਬੱਸਾਂ ਸਾਰਿਆਂ ਨੂੰ ਮਿਲ ਜਾਂਦੀਆਂ, ਉਹ ਆਪਦੀ ਆਪਦੀ ਬੰਦਾ ਸਭ ਦੇ ਉਹ ਦੂਰ ਤੱਕ ਨਿਗਾਹ ਮਾਰੋਗੇ, ਉਹ ਸਭ ਦੇ ਢੋਲ ਢੂਲ ਧਰੇ ਪਏ ਆ ਬਾਈ ਪੂਰੇ, ਤੇ ਬਾਲਟੀਆਂ ਬੁਲਟੀਆਂ ਆਹ ਜਿਹੜੀਆਂ ਹੈਗੀਆਂ ਕੁਛ ਬਾਲਟੀਆਂ ਦੇ ਵੀ ਜਿਹੜੇ ਪੌਦੇ ਬੂਟੇ ਛੋਟੇ ਆ ਉਹਨਾਂ ਨੂੰ ਉੱਪਰ ਢੱਕੇ ਵੀ ਹੀਟ ਦੇ ਸਿਸਟਮ ਵਾਸਤੇ ਦਾ ਰੱਖੇ ਹੋਏ ਇਹਨਾਂ ਨੇ, ਕਿਉਂਕਿ ਕਈ ਵਾਰ ਰਾਤ ਨੂੰ ਪਹਿਲਾਂ ਠੰਡ ਹੋ ਜਾਂਦੀ ਸੀ, ਹੁਣ ਠੀਕ ਹੈ ਵੈਦਰ, ਹੁਣ ਵੈਦਰ ਪੂਰਾ ਸਬਜ਼ੀ ਵਾਲਾ ਬਾਈ, ਠੀਕ ਹੈ ਨਾ, ਤੇ ਬਹੁਤਿਆਂ ਨੇ ਤਾਂ ਇਦੂ ਗੇਤੀਆਂ ਵੀ ਲਾਈਆਂ ਹੋਈਆਂ ਸਬਜ਼ੀਆਂ, ਤੇ ਜ਼ਿਆਦਾਤਰ ਜਿਹੜੇ ਗੋਰੇ ਆ ਬਾਈ ਉਹ ਆਪਣੇ ਆਪਾਂ ਜਿਵੇਂ ਪੰਜਾਬ ਦੇ ਵਿੱਚ ਕਰਦੇ ਆ ਵੀ ਜ਼ਿਆਦਾਤਰ ਗੋਰੇ ਨਾ ਸਬਜ਼ੀ ਇਹ ਆਪ ਹੀ ਘਰਾਂ ਦੇ ਵਿੱਚ ਹੀ ਬੀਜ ਬੂ ਲੈ ਕੇ ਸੀਡ ਲੈ ਕੇ ਜ਼ਿਆਦਾਤਰ ਤਿਆਰ ਕਰਦੇ ਆ, ਤੇ ਨਾਲੇ ਉਦੋਂ ਬਾਅਦ ਜਿੰਨੀਆਂ ਕੁ ਬੱਲਾਂ ਬੁੱਲਾਂ ਵੱਧ ਹੋ ਜਾਂਦੀਆਂ ਉਹ ਇੱਥੇ ਵੇਚ ਵੂਚ ਦਿੰਦੇ ਮੇਰੇ ਵਰਗੇ ਨੂੰ ਹਨਾ, ਤੇ ਤੁਸੀਂ ਲੈਣੀਆਂ ਭਾਈ ਤਾਂ ਚੱਕ $2 ਦੀ ਬੱਲ, ਚੱਕ $3 ਦੀ ਬੱਲ, ਚੱਕ $1 ਦੀ ਬੱਲ, ਹਨਾ, ਇਹੋ ਜਿਹੀਆਂ ਗੱਲਾਂ ਬਾਤਾਂ ਗੋਰੇ ਡਬਲ ਕਮਾਈ ਕਰ ਜਾਂਦੇ ਆਪਣੇ ਨਾਲ, ਤੇ ਆਪਾਂ ਬਸ ਥੋੜ੍ਹਾ ਜਿਹਾ ਕਈ ਵਾਰ ਬੀਜ ਵਿਗਾਉਣ 'ਚ ਘੋਲ ਕਰ ਜਾਂਦੇ ਜਾਂ ਇਹੋ ਜਿਹੀਆਂ ਗੱਲਾਂ ਬਾਤਾਂ, ਹੁਣ ਆਪਾਂ ਤੁਹਾਨੂੰ ਪਰਲੇ ਲਾਰਜ ਚੱਲਦੇ ਉੱਧਰ ਦਿਖਾਉਣੇ ਕੀ ਗੱਲਬਾਤ ਆ, ਕੀ ਭਾਅ ਵਿਕਦਾ ਕਹਿੰਦੇ ਤੁਸੀਂ, ਆਹ ਇਹਨਾਂ ਦੀ ਬਾਹਰ ਪਾਣੀ ਵਾਲੀ ਸਪਲਾਈ ਇੱਥੇ ਆਹ ਦਿੱਤੀ ਹੋਈ ਆ ਵੀ ਜਿਹਨੂੰ ਕੋਈ ਵੈਸੇ ਵੀ ਕੋਈ ਨੇੜੇ ਲੋੜ ਹੈ ਤਾਂ ਉਹ ਤੋਂ ਟੂਟੀ ਛੱਡ ਕੇ ਤੁਸੀਂ ਆਪਦੀ ਭਰ ਸਕਦੇ ਹੋ, ਪਾਣੀ ਦਾ ਕੋਈ ਬਿੱਲ ਨਹੀਂ, ਕੋਈ ਪੈਸੇ ਨਹੀਂ, ਕੁਛ ਨਹੀਂ, ਬਸ ਜਿਹੜੇ ਹੈਗੇ ਤੁਹਾਨੂੰ $30 ਦੇ ਵਿੱਚ ਉੱਕਾ ਪੁੱਕਾ ਸਾਰਾ ਕੁਝ ਮਿਲ ਜਾਂਦਾ ਬਾਈ, ਠੀਕ ਹੈ ਨਾ, ਇਹ ਗੱਲਬਾਤ ਹੈ ਜਿਹੜੀ ਇੱਥੇ ਹੈਗੀ ਆ, ਇਦਾਂ ਦੀਆਂ ਗੱਲਾਂ ਬਾਤਾਂ ਕੈਨੇਡਾ ਦੇ ਵਿੱਚ ਸਬਜ਼ੀ ਖਾਣੀ ਆ ਜਾਂ ਸਬਜ਼ੀ ਉਗਾਉਣੀ ਆ ਵੀ ਸ਼ੌਂਕ ਪੂਰੇ ਕਰਨੇ ਤੁਸੀਂ ਆਹ ਦੇਖ ਲਓ, ਤੇ ਆਹ ਬਾਕੀ ਪੂਰੇ ਸ਼ੌਂਕ ਨਾਲ ਲਾਈ ਖੜੀ ਆ ਸਬਜ਼ੀ, ਤੁਸੀਂ ਮੰਨਦੇ ਹੋ ਨਾ, ਇਹ ਗੱਲਬਾਤ ਪੂਰੀ ਕਹਿੰਦੇ ਇੱਕ ਨੰਬਰ ਮਾਹੌਲ ਬਣਾਇਆ ਪਿਆ ਸਬਜ਼ੀ ਵਾਲਾ, ਤਾਂ ਇੱਕ ਨੰਬਰ ਮਾਹੌਲ, ਉਹ ਸਾਹਮਣੇ ਕਾਂ ਉਹ ਬੈਠਾ, ਕਾਂ ਬਾਈ ਤੁਸੀਂ ਪਤਾ ਨਹੀਂ ਕਾਂ ਇੱਥੇ ਬਹੁਤ ਹੈ, ਉਹ ਮੈਂ ਜ਼ੂਮ ਕਰਕੇ ਦਿਖਾਉਣਾ, ਉਹ ਬੈਠਾ ਕਾਂ ਆਹ ਸੀ, ਠੀਕ ਹੈ ਨਾ, ਦੇਖ ਗਿਆ ਨਾ ਬਾਈ ਆਹ ਦੇਖ, ਪਤਾ ਨਹੀਂ ਹੁਣ ਵਿੱਚ ਆਵਾਜ਼ ਸੁਣਦੀ ਹੈ ਕਿ ਨਹੀਂ, ਮਾਰੀ ਜਾਂਦਾ ਬਾਜਾ, ਇਹ ਗੱਲਬਾਤ ਆ, ਕਾਂ ਬਹੁਤ ਹੈ ਇੱਥੇ ਬਾਈ, ਪੰਛੀ ਜਿਹੜੇ ਜਾਨਵਰ ਆਪਣੇ ਖਤਮ ਹੋ ਗਏ, ਪੰਛੀ ਆਪਣੇ ਖਤਮ ਹੋ ਗਏ, ਇੱਥੇ ਵਾਧੂ ਹੈ, ਠੀਕ ਹੈ ਨਾ, ਆਹ ਦੇਖੋ ਆਹ ਜਿਵੇਂ ਆਹ ਟਮਾਟਰ ਲਾਏ ਹੋਏ ਬਾਈ, ਆਹ ਟਮਾਟਰ ਜਿਹੜੇ ਹੈਗੇ 8-9 ਮਹੀਨੇ ਨਹੀਂ ਮੁੱਕਦੇ, ਆਹ ਇੰਨੇ ਟਮਾਟਰ ਤਾਂ ਆਹ 10 ਬੂਟੇ ਦਾ ਜਿਹੜੇ ਹੈਗੇ ਆ, ਕਿਉਂਕਿ ਟਮਾਟਰਾਂ ਦੀ ਜਿਹੜੀ ਲਾਗਤ ਬਹੁਤ ਹੈਗੀ, ਤੇ ਬਾਕੀ ਆਹ ਹੋਰ ਬੱਲਾਂ ਬੁੱਲਾਂ ਸਾਰੀਆਂ ਲਾਈਆਂ ਪਈਆਂ, ਸਬਜ਼ੀ ਪੂਰੇ ਸ਼ੌਂਕ ਨਾਲ ਬਾਈ, ਜਿਹਨੂੰ ਕਹਿ ਦਈਏ ਸਿਰੇ ਵਾਲਾ ਸ਼ੌਂਕ ਹੈ, ਤੇ ਤੁਸੀਂ ਜਿੰਨੇ, ਇਹ ਇੱਕ ਹੋਰ ਗੱਲ ਹੈ ਵੀ ਲਾਟ ਚਾਹੇ ਤੁਸੀਂ ਇਹ ਥਾਂ ਇੱਕ ਲੈ ਲਓ, 2 ਲੈ ਲਓ, 3 ਲੈ ਲਓ, ਜਿੰਨਾ ਮਰਜ਼ੀ ਥਾਂ ਲੈ ਲਓ, ਕੋਈ ਉਹ ਨਹੀਂ, ਤੇ ਕੇਰਾ ਇਹਨਾਂ ਨੇ ਵਾਹ ਵਹਾਈ ਕਰਕੇ ਤੁਹਾਨੂੰ ਐਂ ਰੂਟਾਵੇਟਰ ਮਾਰ ਕੇ ਪੋਲਾ ਕਰਕੇ ਦੇ ਦੇਣਾ, ਤੇ ਉਦੋਂ ਬਾਅਦ ਤੁਸੀਂ ਆਪਦੀਆਂ ਲੈਣਾ ਲੂਣਾਂ ਜਾਂ ਮਾਰ ਕੇ ਬੱਟਾ ਬੁੱਟਾਂ ਜਾਂ ਮਾਰ ਕੇ ਮਿਣ ਕੇ ਥਾਂ ਦਿੱਤਾ ਪਿਆ ਹੁੰਦਾ ਇਹਨਾਂ ਦਾ ਪੂਰਾ, ਤੇ ਤੁਸੀਂ ਆਪਦਾ ਬੀਜ ਬਜਾਈ ਕਰ ਲਓ, ਵੀ ਲੜੋ ਲੜਾਈ ਕੋਈ ਨਹੀਂ ਇੱਥੇ ਵੀ ਮੇਰਾ ਥਾਂ ਇੱਧਰ ਆ ਗਿਆ ਜਾਂ ਬੱਟ ਇੱਧਰ ਘੱਟ ਵੱਧ ਆ ਗਈ, ਉਹ ਤਾਂ ਵੈਸੇ ਵੀ ਚਲੋ ਇੱਥੇ ਕਾਹਦਾ ਹੋਣਾ, ਵੀ ਕਈ ਵਾਰੀ ਬੰਦੇ ਨੂੰ ਹੁੰਦਾ ਜਿਵੇਂ ਆਹ ਦੇਖੋ ਆਹ ਆਹ ਕਿਸੇ ਫੀਨੇ ਫੂਨੇ ਦਾ ਹੈਗਾ ਮੇਰੇ ਖਿਆਲ 'ਚ ਖੇਤ, ਠੀਕ ਹੈ ਨਾ, ਉਹਨੇ ਆਪਦੇ ਤਰੀਕੇ ਨਾਲ 42 ਇੱਧਰ 42 ਆ ਪਰਲੇ ਪਾਸੇ 41 ਆ, ਤੇ ਲੋਕ ਹਲੇ ਲੈਣਗੇ, ਤੇ ਜਿਵੇਂ ਉਹ ਗੱਡੀਆਂ ਖੜਾਈਆਂ ਦੇਖੋ ਇਹਨਾਂ ਨੇ ਆਪਦੇ ਗੱਡੀ ਉੱਧਰ ਖੜਾਈ ਕਾਰ ਤੇ 2 ਮਿੰਟ ਆਏ ਤੇ ਲਾ ਕੇ ਝੁੱਟੀ 10-15 ਮਿੰਟ, ਠੀਕ ਹੈ ਨਾ, ਜਦ ਕੱਖ ਪੱਠਾ ਕੱਢ ਕੇ ਉਹ ਚੱਲੇ ਆ, ਤੇ ਇਦੋਂ ਪਹਿਲਾਂ ਵੀ 2-3 ਜਣੇ ਹੋਰ ਵੀ ਲੱਗੇ ਹੋਏ ਸੀਗੇ ਤੇ ਉਹ ਵੀ ਤੁਰ ਚੱਲੇ ਬਈ, ਐਂ ਬਸ ਸਾਰੇ ਬੰਦਿਆਂ ਬਸ ਜਦੋਂ ਵੀ ਜਿਹਦਾ ਘਰੇ ਵਿਹਲੇ ਅਗਲਾ ਕਹਿੰਦਾ ਚਲੋ ਵੀ ਚੱਲਦਿਆਂ ਨਾਲ ਇੱਥੇ 2 ਘੰਟੇ ਲਾ ਆਉਣੇ ਆ ਤੇ ਨਾਲੇ ਆਪਾਂ ਗੁੱਡ ਕਢਾਈ ਕਰ ਆਉਣੇ ਆ, ਠੀਕ ਹੈ ਬਈ ਜੀ, ਇਹ ਗੱਲਬਾਤ ਆ, ਬਾਕੀ ਦੱਸੋ ਕਮੈਂਟ ਦੇ ਵਿੱਚ ਕਿਸੇ ਵੀਰ ਭਰਾ ਨੇ ਕੀ ਪੁੱਛਣਾ ਜਾਂ ਕੀ ਤੁਹਾਡਾ ਕਹਿਣਾ, ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਮਾਰ ਦਿਆ ਕਰੋ, ਬਸ ਬਾਈ ਇੰਨੀ ਕੀ ਗੱਲਬਾਤ ਆ, ਤੇ ਹੋਰ ਬਹੁਤਾ ਆਪਾਂ ਤੁਹਾਨੂੰ ਕੁਛ ਕਹਿੰਦੇ ਨਹੀਂ, ਤੇ ਮਿਲਦੇ ਆਪਾਂ ਕਿਸੇ ਨਵੇਂ ਦਿਨ ਤੇ ਨਵੀਂ ਗੱਲਬਾਤ ਦੇ ਨਾਲ, ਓਕੇ ਬਾਈ ਜੀ, ਸਤਿ ਸ਼੍ਰੀ ਅਕਾਲ।